ਤਰੀਕੇ ਦੇ ਨਾਲ ਥੋੜ੍ਹਾ ਕਰੋ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ, ਹੈ ਨਾ। ਇੱਥੇ ਇੰਸਪੈਕਸ਼ਨੇਟ ਰਿਹਾ, ਵਹੀਕਲ ਮੇਨਟੇਨੈਂਸ ਸੀ, ਉਹ ਵਾਇਓਲੇਸ਼ਨ ਸੀ ਜਿਹੜੀਆਂ ਉਹਦੇ ਉਹੀ ਆਈਆਂ, ਆਵਰ ਆਫ ਸਰਵਿਸ ਆ, ਹੈ ਨਾ। ਹੁਣ ਮੈਂ ਈ ਐੱਲ ਟੀ 2018 ਤੋਂ ਈ ਐੱਲ ਟੀ ਵਰਤ ਰਿਹਾ, ਇੱਕ ਕਦੀ ਕਿਸੇ ਨੂੰ ਹੇਰਾਫੇਰੀ ਨਹੀਂ ਕਰਨੀ ਦਿੱਤੀ, ਠੀਕ ਹੈ। ਕਦੀ ਕਿਸੇ ਨੂੰ ਹੇਰਾਫੇਰੀ ਨਹੀਂ ਕਰਨ ਦਿੱਤੀ, ਨਾ ਮੈਂ ਕਰਨ ਦੇਣੀ। ਜਿਹੜਾ ਮੇਰੇ ਕਰਦਾ ਡਰਾਈਵਰ ਉਹਨੂੰ ਮੈਂ ਕਹਿ ਦਿੰਦਾ ਵੀ ਭਰਾਵਾ ਜਾ, ਭਾਵੇਂ ਟਰੱਕ ਖੜਾ ਹੀ ਆ, ਇੱਥੇ ਵਾਇਓਲੇਸ਼ਨ ਸਮਰੀ ਆ ਜਾਓ। ਫਿਰ ਵੀ ਹੋ ਜਾਂਦੀਆਂ, ਆਹ ਦੇਖੋ ਰਿਕਾਰਡਡ ਰੈਕਰਡ ਡਿਊਟੀ ਸਟੈਟਸ ਵਾਇਓਲੇਸ਼ਨ ਹੋ ਗਈ ਹੋਣੀ ਕਿਤੇ ਨਾ ਕਿਤੇ, ਬੰਦਾ ਪਰਸਨਲ 'ਚ ਹੋਣਾ ਕੁਝ ਨਾ ਕੁਝ, ਹੈ ਨਾ। ਫਾਲਸ ਡਰਾਈਵਰ ਵਾਇ, ਆਹ ਦੱਸੋ ਈ ਐੱਲ ਟੀ ਦੇ ਵਿੱਚ ਵੀ ਅਗਲਾ ਗਲਤੀਆਂ ਕੱਢ ਗਿਆ। ਇੰਸਟਰਕਸ਼ਨ ਸੀਟ, ਹਰੇਕ ਟਰੱਕ ਦੇ ਵਿੱਚ ਇੰਸਟਰਕਸ਼ਨ ਸੀਟ ਮੈਂ ਆਪ ਰੱਖੀਆਂ ਹੋਈਆਂ, ਖਾਲੀ ਲੋਗ ਬੁੱਕਾਂ ਰੱਖੀਆਂ ਹੋਈਆਂ ਜਿਹੜੀਆਂ ਰਿਕੁਆਇਰ ਆ, ਠੀਕ ਹੈ ਨਾ। ਬਟ ਇੰਸਟਰਕਸ਼ਨ ਸੀਟ ਹਰੇਕ ਐਪ ਦੇ ਵਿੱਚ ਵੀ ਹੈਗੀਆਂ, ਪਰ ਬੰਦੇ ਨੇ ਨਹੀਂ ਦਿਖਾਈ ਡਰਾਈਵਰ ਨੇ, ਕਿਤੇ ਘਾਬਰ ਗਿਆ, ਹੈ ਨਾ। ਆਹ ਡਰਾਈਵਰ ਫੇਲਡ ਟੂ ਅਜ਼ਿਊਮ ਅਨਅਸਾਈਨ ਡਰਾਈਵਿੰਗ ਟਾਈਮ, ਇਹ ਟੀਮ ਹੀ ਓਨਰ ਆਪਰੇਟਰਾਂ ਦੀ, ਬਾਅਦ ਦੇ ਮੈਨੂੰ ਕਿਹਾ ਟੀਮ ਆ ਅਤੇ ਚੜਿਆ ਇਕੱਲਾ ਹੀ ਆ ਦੂਜੇ ਦੀ ਲੋਗ ਬੁੱਕ ਯੂਜ਼ ਕਰਦਾ ਸੀ, ਇਹਨੂੰ ਵੀ ਆਪਾਂ ਕੰਮ ਤੋਂ ਕੱਢ ਤਾ। ਅਤੇ ਬਾਅਦ ਦੇ ਜਦੋਂ ਪੁਲਿਸ ਨੇ ਰੋਕਿਆ, ਉਹ 'ਚ ਜਵਾਬ ਵੀ ਨਹੀਂ ਆਇਆ ਫਿਰ, ਅਤੇ ਫਿਰ ਉਹਦੀ ਮਿਲ ਗਿਆ ਵੀ ਅਨਅਸਾਈਨਡ ਟਾਈਮ, ਦੱਸ ਨਹੀਂ ਸਕਿਆ ਵੀ ਕਿੰਨੇ ਚਲਾਇਆ। ਆਹ ਫਟੀਕ ਡੇ ਡਰਾਈਵਰ, ਆਹ ਫਟੀਕ ਡਰਾਈਵਰ, ਇਹ ਮੇਰਾ ਡਰਾਈਵਰ ਇੱਕ ਲੋਡ ਲਾ ਕੇ ਤੁਰਿਆ ਜਾਂਦਾ ਸੀ ਅਤੇ ਕਹਿੰਦਾ ਮੇਰਾ ਫੋਨ ਡਿੱਗਿਆ, ਮੈਂ ਚੱਕਣ ਲੱਗਾ ਅਤੇ ਲਾਈਨ ਨੂੰ ਟੱਚ ਕਰ ਗਿਆ ਫੋਨ, ਜਦੋਂ ਪੁਲਿਸ ਨੇ ਰੋਕਿਆ ਕਹਿੰਦਾ ਮੈਂ ਥੱਕਿਆ ਹੋਇਆ, ਤਾਂ ਉਹਨੇ ਟਰੈ ਕੰਪਨੀ ਨੂੰ ਟਿਕਟ ਭੇਜੀ ਅਤੇ ਇਹਨੂੰ ਵੀ ਦਿੱਤੀ ਆ, ਤਾਂ ਆਹ ਦੋਵੇਂ ਹੀ ਉਹ ਵਾ ਇਲਨੈਸ 'ਤੇ ਆ, ਫਟੀਕ ਸੇਮ ਹੀ ਬੰਦੇ ਦੀ ਆ। ਆਹ ਯੂਜ਼ਰ ਮੈਨੂਅਲ, ਉਹ ਸੇਮ ਹੀ ਗੱਲ ਹੋ ਗਈ ਫਿਰ ਵੀ ਮੈਂ ਹਰੇਕ ਟਰੱਕ ਦੇ ਵਿੱਚ ਰਖਾਈਆਂ ਹੋਈਆਂ ਯੂਜ਼ਰ ਮੈਨੂਅਲ ਨਹੀਂ, ਅਤੇ ਐਪ ਦੇ ਵਿੱਚ ਤਾਂ ਹੈਗੀਆਂ ਸੰਸਾਰਾ ਵਾ ਮੇਰੇ ਕੋਲ, ਤੁਹਾਨੂੰ ਪਤਾ ਹੀ ਆ ਜਿਹਦੇ ਕੋਲ ਵੀ ਸੰਸਾਰਾ ਹੈਗੀ ਆ। ਦੱਸੋ ਇਹਨਾਂ ਦੇ ਵਿੱਚ ਦੱਸੋ ਮੇਰੀ ਕਿੱਥੇ ਗਲਤੀ ਆ। ਫਿਰ ਮੈਂ ਕਹਿੰਦੇ ਨਾ ਵੀ ਤੂੰ ਆਪਣੇ ਆਪ ਨੂੰ ਸੱਚਾ ਬਣਦਾ, ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰਿਆ ਵਾ ਭਰਾਵਾ ਸੋਟਾ, ਠੀਕ ਹੈ ਨਾ। ਅਤੇ ਜਿੱਥੇ ਕੋਈ ਗਲਤੀ ਹੈਗੀ ਆ ਮੈਂ ਸੁਧਾਰਨ ਦੀ ਟਰਾਈ ਕਰਦਾ ਅੱਗੇ, ਹੁਣ ਜਿੱਦਾਂ ਨਹੀਂ ਗਾ ਵੀ ਨਹੀਂ ਗੀ ਗਲਤੀ, ਪਰ ਇਹਨਾਂ ਦੇ ਵਿੱਚ ਦੱਸੋ ਮੇਰੀ ਕਿੱਥੇ ਗਲਤੀ, ਮੈਂ ਸੁਧਾਰਨ ਦੀ ਟਰਾਈ ਕਰੂੰਗਾ, ਹੈ ਨਾ। ਅਤੇ ਜਿਹਦੇ ਨਾਲ ਵੀ ਮੈਂ ਨਹੀਂ ਹੈ ਹੀ ਨਹੀਂ ਗਲਤੀ, ਐਵੇਂ ਨਹੀਂ, ਮੈਂ ਕਿਹੜਾ ਰਾਬਿਆਂ ਵੀ ਗਲਤੀ ਹੈ ਹੀ ਨਹੀਂ, ਪਰ ਇਹਨਾਂ ਦੇ ਵਿੱਚ ਮੇਰੀ ਕਿਤੇ ਗਲਤੀ ਨਹੀਂ। ਨਾ ਟਰੱਕਾਂ ਦੇ ਵਿੱਚ ਹੁਣ ਮਾੜੀ ਮੋਟੀ ਹੋ ਜਾਂਦੀ ਆ ਜਿਹੜੀ ਵੀ ਰਿਪੇਅਰ ਵਾਲੀ ਆ, ਇਹਦਾ ਮਤਲਬ ਇਹ ਨਹੀਂ ਵੀ ਮੈਂ ਟਰੱਕ ਇੱਥੇ ਆਇਆ ਸੀ ਮੈਂ ਕਿਹਾ ਕੋਈ ਨਹੀਂ ਵੇਖੀ ਜਾਊਗੀ ਗੇੜਾ ਲਾਇਆ, ਤਾਂ ਨਹੀਂ, ਇਹ ਹੋਇਆ ਕੁਝ ਨਾ ਕੁਝ, ਕਿਤੇ ਹੋ ਗਈ ਪਾਈਪ ਪਾਟ ਗਿਆ, ਏਅਰ ਹੋ ਗਈ ਲੀਕ, ਤਾਂ ਨਾ ਕਿ ਮੈਂ ਡਰਾਈਵਰ ਨੂੰ ਕਹਿਤਾ ਵੀ ਤੂੰ ਜਾ ਕੋਈ ਨਹੀਂ ਫਿਰ ਟਾਇਰ ਬਦਲ ਦਾਂਗੇ, ਨੋ ਡਰਾਈਵਰ ਆਪਾਂ ਟਾਇਰ ਆਪਾਂ ਨਵੇਂ ਪਾਈਦੇ ਆ, ਅਤੇ ਜਦੋਂ ਵੀ ਮਾੜਾ ਹੋਵੇ ਉਦੋਂ ਹੀ ਬਦਲ ਦੇਈਦੇ ਆ, ਠੀਕ ਹੈ ਨਾ। ਆਹ ਹੋ ਗਏ ਆਵਰ ਆਫ ਸਰਵਿਸ, ਤਾਂ ਆਪਾਂ ਕੰਟਰੋਲਡ ਸਬਸਟੈਂਸ ਤਾਂ ਦੇਖ ਹੀ ਲਏ ਜਿਹਦੇ ਤੋਂ ਇੰਨਾ ਰੌਲਾ ਪਾਇਆ, ਜ਼ਿਆਦਾ ਪਿਆ ਲਿਆ, ਅਤੇ ਤੂੰ ਕਹਿੰਦਾ ਮੈਨੂੰ ਕਹਿੰਦੇ ਆ ਤੂੰ ਡਰੱਗ ਟੈਸਟ